ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਜਦੋਂ ਅਸੀਂ ਮਤਲਬ ਕਿ ਜਦੋਂ ਅਸੀਂ 23 ਤਰੀਕ ਨੂੰ ਸਾਡੇ ਆਨੰਦ ਹੋਏ ਸੀ, 24 ਮਈ ਨੂੰ ਸਾਡੀ ਕੋਰਟ ਮੈਰਿਜ ਹੋ ਗਈ ਸੀ। ਉਹ ਤੋਂ ਬਾਅਦ ਸਾਡੇ ਘਰਦਿਆਂ ਨੇ ਸਾਡੇ 'ਤੇ ਰਿਪੋਰਟ ਲਿਖਾਈ ਕਿ ਇਹ ਭੱਜ ਗਏ ਆ। ਅਤੇ ਜਦੋਂ ਸਾਨੂੰ ਬੁਲਾਇਆ ਥਾਣੇ ਬਿਆਨ ਦੇਣ ਲਈ, ਅਤੇ ਅਸੀਂ ਬਿਆਨ ਦਿੱਤੇ, ਅਤੇ ਇੰਨੀ ਬਾਹਰ ਜਦੋਂ ਅਸੀਂ ਨਿਕਲੇ ਤਾਂ ਘਰ ਦੇ ਖੜ੍ਹੇ ਸੀ ਮੇਰੇ ਬਾਹਰ। ਅਤੇ ਅਸੀਂ ਜਦੋਂ ਥਾਣੇ ਤੋਂ ਨਿਕਲ ਗਏ ਤਾਂ ਪ੍ਰੇਮ ਬੈਕਰਸ ਦੇ ਵਾਲੀ ਗੇਟ ਨੰਬਰ 2 ਸਬਜ਼ੀ ਮੰਡੀ 'ਚ ਇਹਨਾਂ ਨੇ ਸਾਨੂੰ ਅੱਗੇ ਮੋਟਰਸਾਈਕਲ ਲਾ ਲਿਆ। ਅਤੇ ਮੈਨੂੰ ਇਹਨਾਂ ਨੂੰ 15-20 ਜਣਿਆਂ ਨੇ ਘੇਰ ਕੇ ਇਹਨਾਂ ਨੂੰ ਪਾਸੇ ਕਰਤਾ ਕਿ ਇਹ ਮੈਨੂੰ ਛੁਡਾਵੇ ਨਾ। ਅਤੇ ਮੈਨੂੰ 4 ਜਣੇ, ਮੇਰੇ ਡੈਡੀ, ਮੇਰਾ ਮਾਮਾ ਅਤੇ ਦੁਕਾਨ 'ਤੇ ਲੱਗਾ ਹੋਇਆ ਇੱਕ ਮੁੰਡਾ ਅਤੇ ਇੱਕ ਉਹਨਾਂ ਦੇ ਦੋਸਤ ਸੀਗੇ ਬਲਦੇਵ ਸਿੰਘ ਬਰਾੜ, ਉਹਨਾਂ ਨੇ ਮੈਨੂੰ ਫੜ ਲਿਆ ਅਤੇ ਮੈਨੂੰ ਮੋਟਰਸਾਈਕਲ 'ਤੇ ਪਾਇਆ ਅਤੇ ਮੈਨੂੰ ਘੜੀਸ ਦੇ ਲੈ ਕੇ ਗਏ ਸਰਦਾਰ ਨਗਰ ਤੱਕ। ਮੈਂ ਇੰਨੀ ਚਿਲਾਈ, ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਜਦੋਂ ਉੱਥੇ ਪਹੁੰਚੇ ਅਸੀਂ ਤਾਂ ਸ਼ਿਵ ਸੈਨਾ ਦੀ ਪ੍ਰਧਾਨ ਸੀਗੀ ਇੱਕ, ਅਤੇ ਉਹਨਾਂ ਨੇ ਮੋਟਰਸਾਈਕਲ ਬੰਦ ਕਰਕੇ ਕਿਹਾ ਕਿ ਤੁਸੀਂ ਇਹਨੂੰ ਕਾਹਤੋਂ ਲੈ ਕੇ ਜਾ ਰਹੇ ਹੋ, ਅਤੇ ਉਹ ਕਹਿਣ ਲੱਗ ਗਏ ਕਿ ਭੱਜ ਕੇ ਹੀ। ਕਹਿੰਦੇ ਜੇ ਭੱਜ ਕੇ ਵੀ ਆਈ ਤਾਂ ਮੇਰੀ ਗਰੰਟੀ ਹੈ ਕਿਤੇ ਨਹੀਂ ਜਾਂਦੀ, ਤੁਸੀਂ ਇੱਥੇ ਖੜ੍ਹ ਜਾਓ, ਹੈ ਨਾ। ਅਤੇ ਜਦੋਂ ਇੰਨੇ ਪਿੱਛੇ ਪੁਲਿਸ ਆ ਗਈ, ਉਹਨਾਂ ਨੇ ਕਹਿਤਾ ਕਿ ਇਹਨਾਂ ਦਾ ਲੀਗਲੀ ਵਿਆਹ ਹੋਇਆ, ਇਹਨਾਂ ਨੇ ਵੀ ਇਹੋ ਜਿਹਾ ਕੋਈ ਸਟੈਪ ਨਹੀਂ ਦਿੱਤਾ, ਭੱਜ ਭੁੱਜ ਕੇ ਨਹੀਂ ਆਈ, ਅਤੇ ਤੁਸੀਂ ਇਹਨੂੰ ਛੱਡੋ। ਅਤੇ ਮੇਰੇ ਡੈਡੀ ਨੂੰ ਪੁਲਿਸ ਵਾਲੇ ਲੈ ਗਏ, ਅਰੈਸਟ ਕਰ ਲਿਆ, ਬਾਕੀ 3 ਜਣੇ ਫਰਾਰ। ਕਿੰਨਾ ਟਾਈਮ ਹੋ ਗਿਆ ਤੁਹਾਡਾ ਵਿਆਹ ਹੋਣ ਨੂੰ? ਸਾਡੇ 15-20 ਦਿਨ ਹੋ ਗਏ ਆ। ਤੇ ਉਸ ਟਾਈਮ ਜਦੋਂ ਤੁਹਾਨੂੰ ਖੜਿਆ, ਉਹਨਾਂ ਨੇ ਤੁਸੀਂ ਇਕੱਲੇ ਸੀ ਜਾਂ ਨਾਲ ਸੀ ਹੋਰ ਵੀ? ਮੇਰੇ ਨਾਲ ਸੀਗੇ, ਇੱਕ ਮੇਰੇ ਸਹੁਰਾ ਸੀਗਾ, ਇੱਕ ਮੇਰੇ ਘਰ ਵਾਲਾ ਸੀਗਾ, ਤੇ ਇੱਕ ਤਾਇਆ ਜੀ ਸੀਗੇ। ਤੇ ਉਹਨਾਂ ਦੀ ਵੀ ਸੱਟਾਂ ਵੱਜੀਆਂ ਕਿਸੇ ਤਰ੍ਹਾਂ ਦੀਆਂ? ਉਹਨਾਂ ਦੀ ਸੱਟਾਂ ਨਹੀਂ, ਉਹਨਾਂ ਨੂੰ ਧੱਕਾ ਹੀ ਮਾਰਿਆ ਪਿੱਛੇ ਨੂੰ, ਉਹਨਾਂ ਨੇ ਖਿੱਚਾ ਤੋਂ ਹੀ ਕੀਤੀ ਹੈ, ਬਸ ਮੈਨੂੰ ਹੀ ਲੈ ਕੇ ਜਾਣਾ ਸੀ। ਤੇ ਤੁਹਾਡੇ ਹਸਬੈਂਡ ਨੇ ਤੁਹਾਨੂੰ ਛਡਾਉਣ ਦੀ ਕੋਸ਼ਿਸ਼ ਕੀਤੀ? ਹਾਂਜੀ, ਉਹਨਾਂ ਨੇ 15-20 ਜਣਿਆਂ ਨੇ ਫੜ ਲਿਆ ਸੀਗਾ ਉੱਧਰ। ਤੇ ਤੁਹਾਡੇ ਆ ਜਿਵੇਂ ਸੱਟਾਂ ਵੱਜੀਆਂ, ਇਹ ਕਿਵੇਂ ਉਹਨਾਂ ਨੇ ਮਾਰਿਆ ਕੁੱਟਿਆ ਜਾਂ ਕੀ ਕੀਤਾ? ਉਹਨਾਂ ਨੇ ਮੇਰੇ ਮੋਟਰਸਾਈਕਲ ਤੋਂ ਭਾ ਕੇ ਘੜੀਸ ਦੇ ਲੈ ਕੇ ਗਏ ਆ ਸਰਦਾਰ ਨਗਰ ਤੱਕ। ਹੁਣ ਤੁਸੀਂ ਕੀ ਚਾਹੁੰਦੇ ਹੋ? ਹੁਣ ਮੈਂ ਮਤਲਬ ਚਾਹੁੰਦੀ ਹਾਂ ਕਿ ਉਹ ਚਾਰੋਂ ਅਰੈਸਟ ਹੋਣ, ਅਤੇ ਮੈਨੂੰ ਇੱਕ ਡੈਡੀ, ਇੱਕ ਬਲਦੇਵ ਸਿੰਘ ਬਰਾੜ ਉਹਨਾਂ ਦਾ ਦੋਸਤ, ਇੱਕ ਗੌਰਵ ਦੁਕਾਨ 'ਤੇ ਲੱਗਾ ਹੋਇਆ, ਇੱਕ ਮੇਰਾ ਮਾਮਾ ਦੀਪਕ ਕੁਮਾਰ ਫਾਜ਼ਿਲਕਾ ਤੋਂ। ਇਹ ਜੀ ਕਸ਼ਿਸ਼ ਪਤਨੀ ਪ੍ਰਭਦਿਆਲ ਚਾਂਦਲਾ ਵਾਸੀ ਸ਼ਹੀਦ ਭਗਤ ਸਿੰਘ ਨਗਰ ਕੱਚਾ ਦਸਾਂਈ ਰੋਡ, ਇਹਨਾਂ ਨੇ 24-5 ਨੂੰ ਕੋਰਟ ਮੈਰਿਜ ਹੋਈ ਸੀ ਇਹਨਾਂ ਦੀ, ਉਹਦੇ ਸੰਬੰਧੀ ਥਾਣੇ ਬਿਆਨ ਲਿਖਾਉਣ ਆਏ ਸੀ। ਬਿਆਨ ਲਿਖਾਉਣ ਤੋਂ ਬਾਅਦ ਇਹ ਜਦੋਂ ਚਲੇ ਗਏ ਬਾਹਰ ਮੰਡੀ 'ਚ, ਉੱਥੇ ਜਾ ਕੇ ਉਹਦੇ ਜਿਹੜੇ ਰਿਸ਼ਤੇਦਾਰ ਸੀਗੇ, ਲੜਕੀ ਦਾ ਬਾਪ, ਮਾਸੜ, ਉਹਦਾ ਮੁੰਡਾ, 2-3 ਬੰਦੇ ਹੋਰ ਸੀਗੇ, ਉਹਨਾਂ ਨੇ ਉੱਥੋਂ ਮੋਟਰਸਾਈਕਲ ਤੋਂ ਉਤਾਰ ਕੇ ਉਹਨਾਂ ਨੇ ਆਪਦੇ ਮੋਟਰਸਾਈਕਲ 'ਤੇ ਘੜੀਸ ਕੇ ਬਿਠਾ ਲਈ, ਅਤੇ 2-3 ਕਿਲੋਮੀਟਰ ਨੂੰ ਲੈ ਕੇ ਚਲੋ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਲੋਕਾਂ ਦੀ ਮਦਦ ਨਾਲ ਕੁੜੀ ਬਰਾਮਦ ਕਰ ਲਈ, ਕੁੜੀ ਦੇ ਸੱਟਾਂ ਲੱਗੀਆਂ, ਉਹਨੂੰ ਦਾਖਲ ਕਰਵਾਇਆ ਮੈਡੀਕਲ। ਹਾਂਜੀ, ਲਵ ਮੈਰਿਜ ਕਰਵਾਈ ਸੀ। ਹਾਂਜੀ, ਪ੍ਰੋਟੈਕਸ਼ਨ ਦੇ ਸੰਬੰਧ 'ਚ ਇੱਥੇ ਰਾਜੀਨਾਮਾ ਹੋ ਗਿਆ ਸੀਗੇ। ਪੰਜ ਜਣੇ।